लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार, लोग जाने ही गीत है, लोग जाने ही गीत है, लोग जाने ही गीत है। ਭੱਦਰ ਪੁਰਸ਼ ਬੜੇ ਵਧੀਆ, ਕਹਿੰਦੇ ਚੰਗੇ ਸੋਹਣੇ ਕੱਪੜੇ ਪਾਏ ਉਹਨਾਂ ਨੇ ਵਧੀਆ, ਅਤੇ ਆਪਸ ਵਿੱਚ ਲੜਨ ਲੱਗੇ ਹੋਏ, ਉਲਝੇ ਹੋਏ ਲੋਕਾਂ ਨੇ ਫੜਕੇ ਛਡਾਏ ਕਿ ਤੁਸੀਂ ਪੜ੍ਹੇ ਲਿਖੇ ਲੋਕ ਲੱਗਦੇ ਹੋ, ਗੱਲ ਕੀ ਲੜਦੇ ਕਿਉਂ? ਕਹਿੰਦਾ ਜੀ ਇੱਥੇ ਕਵੀ ਸੰਮੇਲਨ ਹੋਇਆ ਸੀ, ਇਹ ਆਪਣੀ ਕਹਾਣੀ ਸੁਣਾ ਗਿਆ, ਹੁਣ ਮੇਰੀ ਕਵਿਤਾ ਨਹੀਂ ਸੁਣਦਾ ਪਿਆ, ਸੁਣਨਾ ਬੜਾ ਔਖਾ। ਇੱਥੇ ਮਗਨੇ ਜਿਹੜੇ ਤੇਰੇ ਨਾਮ ਨੂੰ ਕਹਿੰਦੇ ਨੇ ਅਤੇ ਸੁਣਦੇ ਨੇ, ਮੈਂ ਉਹਨਾਂ ਤੋਂ ਸਦਕੇ ਜਾਣਾ, ਮੈਂ ਉਹਨਾਂ ਤੋਂ ਬਲਿਹਾਰ ਜਾਣਾ। ਕਹਿ ਸੁਣੈ ਜੋ ਮਨ ਹੈ ਨਾ, ਉਹ ਜੋ ਤੇਰੇ ਨਾਮ ਨੂੰ ਮੰਨਦੇ ਨੇ। ਦੇਖੋ ਜਪਜੀ ਸਾਹਿਬ 'ਚ ਮੈਂ ਕਲੀਅਰ ਕਰਦੇ ਨੇ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਰਨਾਓ। ਉਹ ਸਹੀ ਮਨੈ ਵਿੱਚ ਅੰਤਰਗਤ ਆਪਣੇ ਤੀਰਥ 'ਤੇ ਹਿਰਦੇ ਰੂਪੀ ਇਸ਼ਨਾਨ ਕਰ ਲੈਂਦੇ ਨੇ ਬਾਣੀ ਵਿੱਚ, ਜਿਹੜੇ ਸਹੀ ਮਨੈ ਵਿੱਚ ਮੰਨਦੇ ਨੇ। ਹਉ ਬਲਿਹਾਰ ਹੈ ਤਾਂ ਕਹਿ ਜਾਉ, ਨਾਨਕ ਏਕ ਕਹਿ ਅਰਦਾਸ, ਜੀਉ ਪਿੰਡ ਸਭ ਤੇਰੇ ਪਾਸ। ਅਤੇ ਗੁਰੂ ਨਾਨਕ ਪਾਤਸ਼ਾਹ ਸਾਨੂੰ ਸਿਖਾਉਂਦੇ ਨੇ, ਵੇਖੋ ਕਹਿੰਦੇ ਬਾਣੀ ਨੂੰ ਪੜ੍ਹ ਚਾਹੇ ਸੁਣ, ਪਰ ਮਨ ਨਾਲ, ਤੁਰ ਮੰਨ ਕੇ ਫਿਰ ਨਾਲ ਇੱਕ ਚੀਜ਼ ਅਰਦਾਸ ਕਰ, ਕਿਉਂਕਿ ਸਾਹਿਬ ਅੱਗੇ ਹੁਕਮ ਨਾ ਚੱਲੈ ਕਿ ਇਹੀ ਬਣੈ ਅਰਦਾਸ। ਅਰਦਾਸ ਕਰ ਮਹਾਰਾਜ, ਕਹਿੰਦੇ ਨਾਨਕ ਏਕ ਕਹਿ ਅਰਦਾਸ, ਜੀਓ ਹੇ ਪ੍ਰਭੂ ਜੀ, ਇਹ ਸਾਡਾ ਜੀਵ ਆਤਮਾ, ਇਹ ਪਿੰਡ, ਸਾਡਾ ਸਰੀਰ, ਹੇ ਪ੍ਰਭੂ ਸਾਰਾ ਤੇਰੇ ਪਾਸ ਹੈ, ਤੇਰੇ ਹਵਾਲੇ ਕਰ ਦਿੱਤਾ, ਅਸੀਂ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਤੈਨੂੰ। ਜਾਂ ਤੂੰ ਦੇਹ ਜਪੀ ਤੇਰਾ ਨਾਂ, ਦਰਗਹਿ ਬੈਸਣ ਹੋਵੇ ਥਾਉ, ਜੇ ਕਿਤੇ ਤੂੰ ਕਿਰਪਾ ਕਰ ਦੇ, ਬਖਸ਼ਿਸ਼ ਕਰ ਦੇ, ਤਾਂ ਅਸੀਂ ਤੇਰਾ ਨਾਮ ਜਪੀਏ, ਕਿਉਂਕਿ ਜਿਸ ਨੂੰ ਤੂੰ ਜਣਾਏ ਸੋਈ ਜਣ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਮਤ ਜਾਣੋ ਕਿ ਅਸੀਂ ਤੇਰਾ ਨਾਮ ਜਪ ਲਵਾਂਗੇ, ਜਿੱਥੇ ਮੈਂ ਲੱਗ ਜਾਏਗੀ ਨਾਲ, ਉੱਥੇ ਹੀ ਵਿਚਾਲੇ ਹਉਮੈ ਦੀ ਕੰਧ ਖੜੀ ਹੋ ਜਾਂਦੀ। ਮੈਂ ਕਹਿੰਦਾ ਜਾਂ ਤੂੰ ਦੇਹ ਪ੍ਰਭੂ, ਤੂੰ ਕਿਰਪਾ ਕਰ ਸਾਡੇ 'ਤੇ, ਬਖਸ਼ਿਸ਼ ਕਰ, ਤੂੰ ਸਾਡੇ ਕੋਲੋਂ ਨਾਮ ਜਪਾ ਲਓ ਜੀ, ਤੁਸੀਂ ਕਿਰਪਾ ਕਰੋ। ਜਾਂ ਤੂੰ ਦੇਹ ਜਪੀ ਤੇਰਾ ਨਾਂ, ਦਰਗਹਿ ਬੈਸਣ ਹੋਵੇ ਥਾਉ, ਇਹ ਪ੍ਰਭੂ ਸਾਡਾ ਵੀ ਦਰਗਾਹ ਵਿੱਚ ਬੈਠਣ ਦਾ ਥਾਂ ਸਾਨੂੰ ਮਿਲ ਜਾਏ, ਕਿਤੇ ਤੁਸੀਂ ਕਿਰਪਾ ਕਰਕੇ ਸਾਡੇ ਕੋਲੋਂ ਨਾਮ ਜਪਾ ਲਓ। ਜਾਂ ਦੁੱਧ ਭਾਵੈ ਤਾਂ ਦੁਰਮਤ ਜਾਏ, ਤੈਨੂੰ ਅਸੀਂ ਭਾ ਜਾਈਏ, ਕਿਤੇ ਚੰਗੇ ਲੱਗ ਜਾਈਏ, ਇਹ ਸਾਡੀ ਭੈੜੀ ਮਤ ਚਲੀ ਜਾਏ। ਗਿਆਨ ਰਤਨ ਮਨ ਵਸੈ ਆਏ, ਉਦੋਂ ਇਹ ਗਿਆਨ ਰੂਪੀ ਰਤਨ, ਤੇਰਾ ਬਖਸ਼ਿਆ ਹੋਇਆ ਗਿਆਨ, ਇਹ ਬਾਣੀ ਸਾਡੇ ਹਿਰਦੇ 'ਚ ਵਸ ਜਾਏ। ਨਦਰ ਕਰੇ ਤਾਂ ਸਤਿਗੁਰ ਮਿਲੈ, ਜੇ ਕਿਤੇ ਤੂੰ ਨਦਰ ਕਰਦਾ, ਇੱਕ ਮਿਹਰ ਦੀ ਨਦਰ, ਇੱਕ ਛਿਨ ਦਰਸ਼ ਦਿਖਾਏ ਜੀ। ਇੱਕ ਛਿਨ ਦਾ ਮਤਲਬ ਹੁੰਦਾ ਅੱਖ ਪਲਕਣ ਦਾ ਸਮਾਂ,
ਇਹਦੇ ਵਿੱਚ ਬੜਾ ਗੂੜਾ ਰਹੱਸ ਰਵਿਦਾਸ ਜੀ ਮਾਰੇ ਲੁਕੋਇਆ ਕਿ ਇੱਕ ਬੂੰਦ ਨੂੰ ਸਾਗਰ ਵਿੱਚ ਮਿਲਣ ਵਾਸਤੇ ਇੱਕ ਸਕਿੰਟ ਲੱਗਦਾ ਛਿਨ ਬਸ। ਉਹ ਛਿਨ ਕਿਤੇ ਮਿਲ ਗਿਆ, ਉਹ ਬੂੰਦ ਥੋੜ੍ਹੀ ਰਹਿੰਦੀ ਹੈ, ਫਿਰ ਤਾਂ ਉਹ ਸਾਗਰ ਬਣ ਗਈ, ਫਿਰ ਉਹ ਬੂੰਦ ਬਾਹਰ ਨਹੀਂ ਆਉਂਦੀ ਸਾਗਰ ਤੋਂ। ਕਹਿੰਦੇ ਤੂੰ ਵੀ ਕਿਤੇ ਕਿਰਪਾ ਕਰਕੇ ਇੱਕ ਛਿਨ ਸਾਡੇ ਵੱਲ ਵੇਖ ਲੈ ਅਤੇ ਸਾਡੀ ਮੈਂ ਹੀ ਖਤਮ ਹੋ ਜਾਈ, ਅਸੀਂ ਅੰਦਰੋਂ ਖਤਮ ਹੋ ਜਾਈਏ ਅਤੇ ਤੂੰ ਬਣ ਜਾਈਏ, ਫਿਰ ਤਾਂ ਫਿਰ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਹੋ ਜਾਏ। ਇੱਥੇ ਹੁਣ ਮਹਾਰਾਜ ਸਪਸ਼ਟ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ ਨਦਰ ਕਰੇ, ਕਿਤੇ ਨਦਰ ਕਰ ਦੇਵੇ ਤਾਂ ਸਤਿਗੁਰੂ ਨੂੰ ਮਿਲਾ ਦਿੰਦਾ, ਕਿਰਪਾ ਕਰਦਾ। ਪਰਮਾਨੰਦ ਨਾਨਕ ਭਵ ਜਲ ਤਰੈ, ਬੇਨਤੀ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ ਸੱਚੇ ਪਾਤਸ਼ਾਹ ਕਿਤੇ ਇੰਝ ਕਿਰਪਾ ਕਰ ਦਿਓ, ਇਹ ਜੀਵ ਇਹ ਸੰਸਾਰ ਸਾਗਰ ਨੂੰ ਤਰ ਜਾਏਗਾ ਤੁਹਾਡੀ ਮਿਹਰ ਦੀ ਨਜ਼ਰ ਨਾਲ। ਹਾਂਜੀ, ਆਸਾ ਮਹੱਲਾ ਪਹਿਲਾ, ਆਸਾ ਮਹੱਲਾ ਪਹਿਲਾ, ਅੰਚ ਪਦੇ ਅੰਚ ਪਦੇ, ਦੁੱਧ ਬਿਨ ਧੇਨ ਪੰਖ ਬਿਨ ਪੰਖੀ, ਦੁੱਧ ਬਿਨ ਧੇਨ ਪੰਖ ਬਿਨ ਪੰਖੀ, ਜਲ ਬਿਨ ਉਤਪੁਜ ਕਾਮ ਨਾਹੀ, ਜਲ ਬਿਨ ਉਤਪੁਜ ਕਾਮ ਨਾਹੀ, ਯਾ ਸੁਲਤਾਨ ਸਲਾਮ ਬਿਹੂਣਾ, ਯਾ ਸੁਲਤਾਨ ਅੰਦੀ ਕੋਠੀ ਤੇਰਾ ਨਾਮ ਨਹੀਂ, ਅੰਦੀ ਕੋਠੀ ਤੇਰਾ ਨਾਮ ਨਹੀਂ, ਬਿਸਰੈ ਦੁੱਖ ਬਹੁਤਾ ਲਾਗੈ, ਬਿਸਰੈ ਦੁੱਖ ਬਹੁਤਾ ਲਾਗੈ, ਦੁੱਖ ਲਾਗੈ ਤੂੰ ਬਿਸਰ ਨਹੀਂ, ਦੁੱਖ ਲਾਗੈ ਤੂੰ ਬਿਸਰ ਨਹੀਂ, ਅੱਖੀ ਅੰਧ ਜੀਵ ਰਸ ਨਹੀਂ, ਅੱਖੀ ਅੰਧ ਜੀਵ ਰਸ ਨਹੀਂ, ਕੰਨੀ ਪਵਨ ਨਾ ਵਜੈ, ਕੰਨੀ ਪਵਨ ਵਜੈ, ਚਰਨੀ ਚਲੈ ਪਜੂਤਾ ਆਗੈ, ਚਰਨੀ ਚਲੈ ਪਜੂਤਾ ਆਗੈ, ਬਿਨ ਸੇਵਾ ਫਲ ਲਾਗੇ, ਅੱਖਰ ਬਿਰਖ ਬਾਗ ਭੋਏ ਚੋਖੀ, ਚਿੰਚਤ ਭਾਉ ਕਰੀ, ਸਭਨਾ ਫਲ ਲਾਗੈ ਨਾਮ ਇੱਕੋ, ਸਭਨਾ ਫਲ ਲਾਗੈ ਨਾਮ ਇੱਕੋ, ਬਿਨ ਕਰਮਾ ਕੈਸੇ ਲੇਹੀ, ਜਿੱਤ ਜੀ ਤੇਤੇ ਸਭ ਤੇਰੇ, ਬਿਨ ਸੇਵਾ ਫਲ ਕਿਸੈ ਨਾਹੀਂ, ਦੁੱਖ ਸੁਖ ਪਾਣਾ ਤੇਰਾ ਹੋਵੇ, ਬਿਨ ਨਾਵੈ ਜੀਉ ਰਹਿ ਨਾਹੀਂ, ਮਤ ਵਿੱਚ ਮਰਨ ਜੀਵਨ ਹੋਰ ਕੈਸਾ, ਨਾ ਜੀਵਾ ਤਾਂ ਜੁਗਤ ਨਾਹੀਂ, ਕਹਿ ਨਾਨਕ ਜੀਵਾਲੇ ਜੀਆਂ, ਜੈ ਭਾਵੈ ਤੈ ਰਾਖ ਤੂੰ। ਆਸਾ ਮਹੱਲਾ ਪਹਿਲਾ ਪੰਚ ਪਦੇ, ਦੇਖੋ ਪੰਚ ਪਦੇ ਥੱਲੇ ਮਹਾਰਾਜ ਨੇ 6 ਅੱਖਰ ਪਾਇਆ, ਭਾਵ ਕਿ ਹੁਣ ਜਿਹੜੇ ਪੰਚ ਪਦੇ ਦੇ ਇਹ ਅੱਖਰ ਆਉਣਗੇ, ਇਹ ਸ਼ਬਦ ਆਉਣਗੇ, ਇਹ 6 ਨੇ ਪੰਚ ਪਦੇ ਦੇ, ਪੰਜ ਪਦਿਆਂ ਵਾਲੇ। ਬਾਣੀ ਵਿੱਚ ਮਹਾਰਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਨੂੰ ਹਰ ਚੀਜ਼ ਬਾਰੇ ਕੰਪਿਊਟਰਾਈਜ਼ ਕਰਕੇ ਤਾਂ ਕਿ ਇਹਦੇ ਵਿੱਚ ਕੋਈ ਐਡ ਨਾ ਹੋ ਸਕੇ ਕੁਛ।
ਬੜੇ ਪੱਕੇ ਜਿੰਦੇ ਲਾਏ ਮਹਾਰਾਜ ਨੇ। ਸੋ ਹੁਣ ਜਿਹੜੇ ਸ਼ਬਦ ਨੇ ਉਹ ਪੰਜ ਪਦਿਆਂ ਵਾਲੇ ਨੇ। ਦੁੱਧ ਬਿਨ ਧੇਨ ਪੰਖ ਬਿਨ ਪੰਖੀ, ਜਲ ਬਿਨ ਉਤਪੁਜ ਕਾਮ ਨਾਹੀ। ਕਹਿੰਦੇ ਦੁੱਧ ਤੋਂ ਬਿਨਾਂ ਗਊ ਕਿਸੇ ਕੰਮ ਦੀ ਨਹੀਂ, ਜਿਹੜੀ ਦੁੱਧ ਨਹੀਂ ਦਿੰਦੀ, ਅਤੇ ਖੰਭਾਂ ਤੋਂ ਬਿਨਾਂ ਪੰਖੀ ਕਿਸੇ ਕੰਮ ਦਾ ਨਹੀਂ। ਉਹ ਪੰਛੀ ਜਿਹਦੇ ਖੰਭ ਹੀ ਨਾ ਹੋਣ ਉਹ ਵਿਚਾਰਾ ਕਿਸੇ ਕੰਮ ਦਾ ਨਹੀਂ, ਉਹ ਨਾ ਉੱਡ ਸਕਦਾ, ਖਾਧਾ ਜਾਏਗਾ। ਆਪਾਂ ਵੇਖਦੇ ਹਾਂ ਸੰਸਾਰ ਦੇ ਵਿੱਚ, ਸਾਡੇ ਦੇਸ਼ ਵਿੱਚ ਗਊ ਨੂੰ ਮਾਤਾ ਕਹਿੰਦੇ ਨੇ, ਪਰ ਉਸੇ ਨੂੰ ਕਹਿੰਦੇ ਨੇ ਜਿਹੜੀ ਦੁੱਧ ਦਿੰਦੀ ਹੈ, ਬਾਕੀ ਅਤਰੀਆਂ ਫਿਰਦੀਆਂ ਅਵਾਰਾ। ਸੋ ਕਹਿੰਦੇ ਜਿਵੇਂ ਗਾਂ ਦੁੱਧ ਤੋਂ ਬਿਨਾਂ ਵੀ ਕਿਸੇ ਕੰਮ ਦੀ ਨਹੀਂ, ਫਿਰ ਪੰਖੀ ਜਿਹੜਾ ਉਹ ਖੰਭਾਂ ਤੋਂ ਕਿਸੇ ਕੰਮ ਦਾ ਨਹੀਂ। ਕਿਆ ਸੁਲਤਾਨ ਸਲਾਮ ਵਿਹੂਣਾ, ਅੰਧੀ ਕੋਠੀ ਤੇਰਾ ਨਾਮ ਨਾਹੀਂ। ਉਹ ਸੁਲਤਾਨ ਕਾਹਦਾ, ਉਹ ਰਾਜਾ ਕਾਹਦਾ, ਜਿਹਨੂੰ ਕੋਈ ਸਲਾਮ ਹੀ ਨਹੀਂ ਕਰਦਾ, ਜਿਹਨੂੰ ਸਲੂਟ ਹੀ ਨਹੀਂ ਵੱਜਦਾ। ਉਹ ਕੋਠੀ ਸਰੀਰ ਰੂਪੀ ਕੋਠੀ ਅੰਨੀ ਕੋਠੀ ਹੈ, ਜਿਹਦੇ ਵਿੱਚ ਤੇਰਾ ਨਾਮ ਹੀ ਹੈ ਨਹੀਂ, ਜਿਸ ਵਿੱਚ ਤੇਰੇ ਨਾਮ ਦੀ ਜੋਤ ਨਹੀਂ ਜਗਦੀ। ਉੱਥੇ ਖੋਲਾ ਹੈ ਅੰਨੀ ਕੋਠੀ, ਜਿਹਨੂੰ ਆਪਾਂ ਆਪਣੀ ਭਾਸ਼ਾ 'ਚ ਕਹਿ ਦਈਏ ਵੀ ਉਹ ਤਾਂ ਢਿਆ ਹੋਇਆ ਖੋਲਾ ਹੈ ਇੱਕ, ਉਹ ਕਿਸੇ ਕੰਮ ਦਾ ਨਹੀਂ। ਇਸ ਅਗਲੀ ਗੱਲ ਮਾਰੇ ਕਰਨੀ, ਕੀ ਵਿਸਰੈ ਦੁੱਖ ਬਹੁਤਾ ਲਾਗੈ, ਦੁੱਖ ਲਾਗੈ ਤੂੰ ਵਿਸਰ ਨਾਹੀਂ। ਮਹਾਰਾਜ ਕਹਿੰਦੇ ਕਿਉਂ ਵਿਸਾਰਦੇ ਹੋ ਪ੍ਰਭੂ ਜੀ, ਤੇਰੇ ਵਿਛੋੜੇ ਵਿੱਚ ਹੀ ਸਾਨੂੰ ਦੁੱਖ ਹੈ। ਦੁਨੀਆਂ ਉੱਤੇ ਸਭ ਤੋਂ ਵੱਡਾ ਦੁੱਖ ਵਿਛੋੜੇ ਦਾ ਹੈ। ਕਹਿੰਦੇ ਜੇ ਵਿਛੋੜੇ ਦਾ ਅਹਿਸਾਸ ਹੋ ਜਾਏ ਨਾ ਵਿਛੋੜੇ ਦਾ, ਅਤੇ ਮਿਲਾਪ ਵੱਲ ਨੂੰ ਭੱਜਦਾ ਮਨ। ਸੰਸਾਰਕ ਤੌਰ 'ਤੇ ਮੈਂ ਉਦਾਹਰਣ ਦੇ ਦਿੰਦਾ ਕਿ ਬੱਚਾ ਖੇਡ ਵਿੱਚ ਇੰਨਾ ਮਸਤ ਹੈ, ਇੰਨਾ ਮਸਤ ਹੈ, ਉਹਨੂੰ ਆਪਣੇ ਘਰ ਬਾਰ ਬਾਰੇ ਨਹੀਂ ਪਤਾ, ਉਹਨੂੰ ਖਾਣ ਪੀਣ ਬਾਰੇ ਨਹੀਂ ਪਤਾ। ਉਹਦੇ ਕੰਨ ਵਿੱਚ ਕੋਈ ਕਹਿ ਦੇ ਕਿ ਤੇਰੀ ਮਾਂ ਬਾਹਰ ਚੱਲੀ, ਦੇਖੋ ਸਾਰੀ ਖੇਡ ਛੱਡ ਕੇ ਦੌੜ ਜਾਏਗਾ। ਇਸੇ ਤਰ੍ਹਾਂ ਹੀ ਇਹ ਮਨ ਇਹ ਦੁਨੀਆਂ ਦੀਆਂ ਖੇਡਾਂ ਵਿੱਚ ਇੰਨਾ ਮਸਤ ਹੋਇਆ, ਅਤੇ ਗੁਰੂ ਨੇ ਜਦੋਂ ਸਾਨੂੰ ਵਿਛੋੜੇ ਦਾ ਅਹਿਸਾਸ ਕਰਾਇਆ, ਕਹਿੰਦੇ ਤਿਆਗ ਬੈਠਾ ਉਸ ਵੇਲੇ, ਦੁੱਖ ਹੀ ਸਹੀ ਮੇਰੇ ਵਿਛੋੜੇ ਦਾ, ਇਹ ਮਨ ਉਧਰਿਆ ਹੋਇਆ। ਅਸੀਂ ਇਹਨੂੰ ਲੱਗੇ ਹੋਏ ਹਾਂ ਪਰਚਾਉਣ ਖੇਡਾਂ ਵਿੱਚ, ਕਦੇ ਕਾਰ ਲੈ ਆਉਂਦੀ, ਕਦੇ ਸਕੂਟਰ ਲੈ ਆਉਂਦਾ, ਮਕਾਨ ਨਵਾਂ ਪਾਤਾ, ਮੁੰਡੇ ਦਾ ਵਿਆਹ ਕਰਤਾ, ਕੁੜੀ ਦਾ ਕਰਤਾ, ਨਵਾਂ ਸੂਟ ਲੈ ਆਉਂਦਾ, ਪਰ ਅੰਦਰਲਾ ਦੁੱਖ ਜਿਹੜਾ ਉਹ ਜਾ ਨਹੀਂ ਰਿਹਾ, ਕਿਉਂਕਿ ਇਹਨੂੰ ਪਤਾ ਹੀ ਨਹੀਂ ਕਿ ਮੈਨੂੰ ਦੁੱਖ ਕੀ ਹੈ। ਜਿਸ ਤਰ੍ਹਾਂ ਬੱਚਾ ਨਹੀਂ ਦੱਸ ਸਕਦਾ, ਇਸ ਤਰ੍ਹਾਂ ਗਿਆਨ ਤੋਂ ਹੀਣੇ ਮਨੁੱਖ ਨੂੰ ਕਹਿੰਦੇ ਪਤਾ ਨਹੀਂ ਲੱਗ ਰਿਹਾ। ਜਦੋਂ ਸਮਝ ਆਈ, ਇੱਥੇ ਗੁਰੂ ਨਾਨਕ ਪਾਤਸ਼ਾਹ ਪਰਮਾਤਮਾ ਨੂੰ ਸੰਬੋਧਨ ਨੇ, ਹੇ ਪ੍ਰਭੂ ਜੀ ਤੁਸੀਂ ਕਿਉਂ ਵਿਸਾਰਦੇ ਹੋ ਸਾਨੂੰ, ਕਿਉਂਕਿ ਇਹਦੇ ਵਿੱਚ ਸਾਨੂੰ ਦੁੱਖ ਲੱਗਦਾ ਹੈ, ਤੇਰੇ ਤੋਂ ਬਿਨਾਂ ਸਾਡੀ ਮੌਤ ਹੋ ਜਾਂਦੀ ਹੈ। ਆਖਾਂ ਜੀਵਾਂ ਵਿਸਰੈ ਮਰ ਜਾਉ, ਕੀ ਵਿਸਰੈ ਦੁੱਖ ਬਹੁਤਾ ਲਾਗੈ, ਦੁੱਖ ਲਾਗੈ ਤੂੰ ਵਿਸਰ ਨਾਹੀ। ਹੇ ਪ੍ਰਭੂ ਸਾਨੂੰ ਦੁੱਖ ਹੀ ਇਸੇ 'ਚ ਹੈ, ਸਾਨੂੰ ਵਿਸਾਰਿਓ ਨਾ ਜੀ, ਮੋਹੇ ਨਾ ਵਿਸਾਰਿਓ, ਮੈਂ ਜਨ ਤੇਰਾ, ਅਸੀਂ ਤੇਰੇ ਜਨ ਹਾਂ, ਸੇਵਕ ਹਾਂ। ਰਹਾਓ ਅੱਖੀ ਅੰਧ ਜੀਵ ਰਸ ਨਾਹੀ, ਕੰਨੀ ਪਵਣ ਨਾ ਵਾਜੈ, ਚਰਣੀ ਚੱਲੈ ਪਜੂਤਾ ਆਗੈ, ਵਿਣ ਸੇਵਾ ਫਲ ਲਾਗੇ। ਕਹਿੰਦੇ ਵੇਖੋ ਹਾਲਤ ਮਨੁੱਖ ਦੀ ਕੀ ਹੋਈ ਹੋਈ ਹੈ, ਅੱਖਾਂ ਤੋਂ ਅੰਨਾ ਹੋ ਗਿਆ, ਨੈਣੀ ਨੀਰ ਵਹਿ ਤਨ ਖੀਣਾ, ਕੇਸ ਭੈ ਦੁਦਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੈ ਪ੍ਰਾਣ। ਉਹ ਅਵਸਥਾ ਨੂੰ ਮਾਰੇ ਬਿਆਨ ਕਰਦੇ ਨੇ
ਕਿ ਜੀਭ ਦੇ ਵਿੱਚ ਰਸ ਨਹੀਂ, ਕੰਨਾਂ 'ਚੋਂ ਸੁਣਦਾ ਨਹੀਂ, ਵਾਜਾ ਨਹੀਂ ਵੱਜਦਾ, ਚਰਣੀ ਚੱਲੇ ਪਜੂਤਾ, ਪੈਰ ਚੱਲਣੀ ਅੱਗੋਂ ਫੜ ਕੇ ਚਲਾਉਂਦੇ ਨੇ, ਸੋਟੀ ਡੰਗੋਰੀ ਫੜ ਕੇ ਅੱਗੇ ਅੱਗੇ ਵਿਣ ਸੇਵਾ ਫਲ ਲੱਗ ਗਏ। ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਬੁਢਾਪੇ ਤੱਕ ਚਲਾ ਗਿਆ, ਪਰ ਆਹ ਚੀਜ਼ ਹੋਈ ਅੰਦਰ, ਨਾ ਸ਼ਬਦ ਗੂੰਜਿਆ, ਨਾ ਇਹਨਾਂ ਨੈਣਾਂ ਨਾਲ ਵੇਖ ਸਕਿਆ ਉਸ ਪਰਮਾਤਮਾ ਨੂੰ, ਇਸ ਜੀਭ ਦਾ ਰਸ ਨਹੀਂ ਆਇਆ, ਨਾਮ ਰਸ। ਅੱਖਰ ਬਿਰਖ ਭਾਗ ਬਾਗ ਦੋਏ ਚੋਖੀ, ਅੱਖਰ ਬਿਰਖ ਬਾਗ ਭੋਏ ਚੋਖੀ, ਸਿੰਚਤ ਪਾਓ ਕਰੇਹੀ। ਫਿਰ ਮਹਾਰਾਜ ਕਹਿੰਦੇ ਕਰਨਾ ਕੀ ਸੀ? ਅੱਖਰੀ ਗਿਆਨ ਗੀਤ ਗੁਣ ਗਾਹ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ। ਮਾ ਕਹਿੰਦੇ ਇਸ ਹਿਰਦੇ ਰੂਪੀ ਤੈਨੂੰ ਭੋਏ ਮਿਲੀ ਸੀ, ਬੜੀ ਵਧੀਆ ਜ਼ਮੀਨ ਮਿਲੀ ਹੈ, ਇਹਦੇ ਵਿੱਚ ਬਿਰਖ ਲਾਉਣੇ ਸਨ, ਅੱਖਰਾਂ ਦੇ, ਅੱਖਰਾਂ ਦੇ ਬਿਰਖ ਬਾਉਣੇ ਸਨ, ਇਹਦੇ ਵਿੱਚ ਬੀਜਣਾ ਸੀ ਨਾ। ਅਬ ਕੱਲੂ ਆਇਓ ਰੇ ਨਾਮ ਬੋਵੋ ਬੋਵੋ, ਹੁਣ ਤੇਰੇ ਕੋਲ ਸਮਾਂ ਹੈ, ਮਨੁੱਖਾ ਜਨਮ ਹੈ, ਹੁਣ ਤੂੰ ਇਹਦੇ ਵਿੱਚ ਕੁਝ ਬੀਜ ਲੈ। ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ, ਫਿਰ ਕੀ ਖਾਏਗਾ। ਬਾਰ ਬਾਰ ਬਾਣੀ ਸਾਨੂੰ ਸੰਪੇਤ ਕਰਦੀ ਹੈ, ਗੁਰੂ ਨਾਨਕ ਪਾਤਸ਼ਾਹ ਇੱਥੇ ਵੀ ਕਹਿੰਦੇ ਕਿ ਅੱਖਰਾਂ ਦੇ ਬੀਜ ਇਹਦੇ ਵਿੱਚ ਬੋਣੇ ਸੀ ਧਰਤੀ 'ਤੇ। ਅੱਖਰ ਬਿਰਖ ਬਾਗ ਭੋਏ ਚੋਖੀ, ਸਿੰਚਤ ਭਾਓ ਕਰੇਹੀ, ਭਾਓ ਪ੍ਰੇਮ ਨਾਲ ਸਿੰਜਣਾ ਸੀ, ਪ੍ਰੇਮ ਦਾ ਪਾਣੀ ਪਾਉਣਾ ਸੀ, ਭਾਵ ਮਨ ਅੰਦਰ ਪ੍ਰੇਮ ਰੱਖਣਾ ਸੀ। ਸਭਨਾ ਫਲ ਲੱਗ ਗਿਆ ਨਾਮ ਇੱਕੋ, ਕਹਿੰਦੇ ਸਭ ਨੂੰ ਨਾਮ ਦਾ ਫਲ ਇੱਕੋ ਹੀ ਲੱਗਣਾ ਸੀ, ਨਾਮ ਦਾ ਫਲ ਸੱਚ ਪਰਮਾਤਮਾ ਦਾ ਮਿਲਾਪ। ਬਿਨ ਕਰਮਾਂ ਕੈਸੇ ਲੇਹੀ, ਪਰ ਕਰਮਾਂ ਤੋਂ ਬਿਨਾਂ ਕਿਵੇਂ ਲੈ ਸਕਦਾ ਹੈ, ਲੱਗਦੇ ਸਭ ਨੂੰ ਨੇ, ਬਾਣੀ ਸਾਰੇ ਪੜ੍ਹਦੇ ਹਾਂ, ਪਰ ਕਰਮਾਂ ਤੋਂ ਬਿਨਾਂ, ਉਹਦੀ ਬਖਸ਼ਿਸ਼ ਤੋਂ ਬਿਨਾਂ ਕਿਵੇਂ ਲੈ ਸਕਦਾ ਹੈ। ਜੇਤੇ ਜੀਤੇ ਤੇ ਸਭ ਤੇਰੇ, ਬਿਨ ਸੇਵਾ ਫਲ ਕਿਸੇ ਨਾਹੀਂ। ਜਿੰਨੇ ਜੀ ਨੇ ਪ੍ਰਭੂ ਸਾਰੇ ਹੈ ਤੇ ਤੇਰੇ ਹੀ ਨੇ, ਪਰ ਸੇਵਾ ਤੋਂ ਬਿਨਾਂ ਇਹ ਫਲ ਕਿਸੇ ਨੂੰ ਨਹੀਂ ਮਿਲ ਸਕਿਆ। ਦੁੱਖ ਸੁੱਖ ਭਾਣਾ ਤੇਰਾ ਹੋਵਾ ਹੋਵੇ, ਦੁੱਖ ਸੁੱਖ ਭਾਣਾ ਤੇਰਾ ਹੋਵੇ, ਬਿਨ ਨਾਮੈ ਜੀਓ ਰਹਿ ਨਾਹੀਂ। ਹੇ ਪ੍ਰਭੂ, ਇਹ ਦੁੱਖ ਸੁੱਖ ਸਾਰੇ ਤੇਰੇ ਭਾਣੇ ਵਿੱਚ ਹੀ ਨੇ, ਪਰ ਤੇਰੇ ਨਾਮ ਤੋਂ ਬਿਨਾਂ ਜੀਵਨ ਨਹੀਂ ਰਹਿੰਦਾ, ਜੀਵਨ ਦੀ ਸੋਝੀ ਨਹੀਂ ਆਉਂਦੀ। ਮਤ ਵਿੱਚ ਮਰਨ ਜੀਵਨ ਹੋਰ ਕੈਸਾ, ਜਾਂ ਜੀਵਾਂ ਤਾਂ ਜੁਗਤ ਨਾਹੀਂ। ਹੇ ਪ੍ਰਭੂ, ਤੇਰੀ ਮਤ ਦੁਆਰਾ, ਗੁਰੂ ਦੀ ਮਤ ਲੈ ਕੇ ਸਹੀ ਮਨਿਆਂ ਵਿੱਚ, ਗੁਰੂ ਜੀਵਨੋਂ ਮੈਂ ਜੀਵਨ ਪਾਇਆ, ਗੁਰਮੁਖ ਪਾਏ ਰਾਮ। ਹੇ ਪ੍ਰਭੂ, ਜਦੋਂ ਅਸੀਂ ਗੁਰੂ ਦੀ ਮਤ ਲਈ ਤਾਂ ਉਹਦੇ ਵਿੱਚ ਸਹੀ ਮਨ ਵਿੱਚ ਮਨ ਨੂੰ ਮਾਰਨਾ, ਗੁਰੂ ਦੀ ਮਤ ਲੈ ਕੇ ਮਨ ਨੂੰ ਕਾਬੂ ਕਰਨਾ, ਉਹ ਸਹੀ ਮਨ ਵਿੱਚ ਅਸਲ ਜੀਵਨ ਸੀ। ਉਹ ਤੋਂ ਬਿਨਾਂ ਹੋਰ ਜੀਵਨ ਕਿਹੜਾ ਸਾਨੂੰ ਦੱਸੋ? ਅਤੇ ਜਿਹੜੇ ਅਸੀਂ ਆਪਣੀ ਮਤ ਨਾਲ ਜਿਉਂਦੇ ਹਾਂ, ਮੈਂ ਵਾਲੀ ਮਤ ਨਾਲ ਜਿਉਂਦੇ ਹਾਂ, ਕਹਿੰਦੇ ਉਹਦੇ ਵਿੱਚ ਜੁਗਤੀ ਨਹੀਂ, ਸਾਨੂੰ ਤਰੀਕਾ ਨਹੀਂ ਆਇਆ ਜਿਉਣ ਦਾ। ਜਦੀ ਸਦਾਵੈ ਜੁਗਤ ਨਾ ਜਾਣੈ, ਛੱਡ ਬਹਿ ਘਰ ਬਾਰ। ਅਸੀਂ ਆਪਣੇ ਆਪ ਨੂੰ ਸਿੱਖ ਤੇ ਅਖਵਾਉਂਦੇ ਹਾਂ, ਪਰ ਗੁਰੂ ਦੀ ਮਤ ਲੈ ਕੇ ਨਹੀਂ ਤੁਰੇ। ਸਿੱਖ ਦਾ ਮਤਲਬ ਸਿੱਖਿਆ, ਸਿੱਖੀ ਸਿੱਖਿਆ ਗੁਰ ਵਿਚਾਰ, ਇਹ ਸੀ ਸਾਡੀ ਸਿੱਖਿਆ, ਗੁਰੂ ਦੇ ਵਿਚਾਰ ਨਾਲ ਕਰਨੀ ਸੀ ਸਾਡੀ, ਆਪਣਾ ਜੀਵਨ ਉਸ ਢੰਗ ਨਾਲ ਜਿਉਣਾ ਸੀ। ਨਦਰੀ ਕਰਮ ਲੰਘਾਏ ਪਾਰ, ਉਹ ਨਦਰ ਕਰਦਾ, ਕਰਮ ਕਰਦਾ, ਬਖਸ਼ਿਸ਼ ਕਰਦਾ ਅਤੇ ਇਹ ਸੰਸਾਰ ਸਾਗਰ ਤੋਂ ਪਾਰ ਕਰ ਦਿੰਦਾ। ਕਹਿ ਨਾਨਕ ਜੀ ਵਾਲੇ ਜੀਆ,
ਜੈ ਭਾਵੈ ਤੈ ਰਾਖ ਤੁਹੀ। ਅਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਹ ਸਾਰਿਆਂ ਜੀਵਾਂ ਨੂੰ ਜਗਾਉਣ ਵਾਲਾ, ਉਹ ਆਪਣੀ ਮਰਜ਼ੀ ਅਨੁਸਾਰ ਜਵਾਉਂਦਾ, ਭਾਵ ਜਿਵੇਂ ਜਿਵੇਂ ਉਹਨੇ ਕਿਸੇ ਨੂੰ ਯੁਕਤ ਦਿੱਤੀ ਹੈ, ਜਿੰਨੀ ਜਿੰਨੀ ਕਿਸੇ ਨੂੰ ਮਤ ਦਿੱਤੀ ਹੈ, ਉਹਦੇ ਮੁਤਾਬਕ ਹੀ ਬੰਦਾ ਆਪਣੇ ਆਪ ਨੂੰ ਸਹੀ ਮੰਨੀ ਜਾਂਦਾ ਹੈ। ਪਰ ਹੇ ਪ੍ਰਭੂ, ਇਹਨਾਂ ਜੀਵਾਂ ਦੇ ਬਸ ਵੀ ਕੋਈ ਨਹੀਂ, ਕਿਉਂਕਿ ਤੂੰ ਆਪ ਕਿਰਪਾ ਕਰਕੇ ਇਸ ਢੰਗ ਨਾਲ ਉਹਨਾਂ ਨੂੰ ਜਵਾ ਰਹੇ ਹੈ। ਜੈ ਭਾਵੈ ਤੈ ਰਾਖ ਤੂੰ ਹੀ। ਫਿਰ ਸਾਨੂੰ ਕੀ ਕਰਨਾ ਚਾਹੀਦਾ? ਹੇ ਪ੍ਰਭੂ, ਜਿੱਥੇ ਤੁਸੀਂ ਰੱਖਦੇ ਹੋ, ਜਿਸ ਹਾਲਤ 'ਚ ਰੱਖਦੇ ਹੋ, ਸਾਨੂੰ ਉੱਥੇ ਹੀ ਰੱਖੋ, ਪਰ ਵਿਸਰੋ ਨਾ। ਤੂੰ ਵਿਸਰੈ ਦੁੱਖ ਬਹੁਤਾ ਅਲੱਗ ਹੈ। ਭਾਵੇਂ ਗਰੀਬੀ 'ਚ ਰੱਖ, ਭਾਵੇਂ ਅਮੀਰੀ 'ਚ ਰੱਖ, ਭਾਵੇਂ ਨੰਗਾ ਰੱਖ ਅਤੇ ਭਾਵੇਂ ਭੁੱਖਾ ਰੱਖ, ਭਾਵੇਂ ਤਖ਼ਤ 'ਤੇ ਬਿਠਾ ਅਤੇ ਭਾਵੇਂ ਤਖ਼ਤ 'ਤੇ ਚਾੜ ਦੇ, ਸਾਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਪਰ ਵਿਸਰੀ ਨਾ, ਵਿਸਰੀ ਨਾ। ਸਾਨੂੰ ਦੁੱਖੀ ਤੇਰੇ ਵਿਸਰਨ ਕਰਕੇ ਹੈ, ਦੁਨੀਆਂ ਦੇ ਦੁੱਖ ਸਾਨੂੰ ਕੋਈ ਬਹੁਤ ਨਹੀਂ ਲੱਗਦੇ। ਤੇਰੇ ਨਾਮ ਦੀ ਭੁੱਖ, ਤੇਰੇ ਨਾਮ ਦੀ ਭੁੱਖ ਜਿਹਨਾਂ ਨੂੰ ਮਾਰਕ ਨੇ ਹੈਗੀ, ਉਹ ਤਾਂ ਭੁੱਖ ਹੈ, ਖਾਏ ਚੱਲੀਆਂ ਦੁੱਖ। ਜਿਨ੍ਹਾਂ ਨੂੰ ਤੇਰੇ ਨਾਮ ਦੀ ਭੁੱਖ ਹੈ, ਉਹਨਾਂ ਨੇ ਦੁਨੀਆਂ ਦੇ ਦੁੱਖਾਂ ਨੂੰ ਖਾ ਗਏ। ਉਹਨਾਂ ਨੂੰ ਇਹ ਦੁਨੀਆਂ ਦੇ ਦੁੱਖ ਕਿਸੇ ਥੋੜ੍ਹੇ ਜਿਹੇ ਮਾਮੂਲੀ ਦੁੱਖ ਮੁਤਾਬਕ ਲੱਗੇ। ਭਾਵ ਇੱਥੇ ਕਹਿਣ ਦਾ ਭਾਵ ਮਹਾਰਾਜ ਦਾ ਇਹ ਹੈ ਕਿ ਜਿਹੜੇ ਮਰਜ਼ੀ ਹਾਲਤ ਵਿੱਚ ਰੱਖ, ਪਰ ਪ੍ਰਭੂ ਸਾਨੂੰ ਵਿਸਰੀ ਨਾ, ਸਾਨੂੰ ਵਿਸਾਰੀ ਨਾ, ਸਾਨੂੰ ਚੇਤੇ ਰੱਖੀ। ਸਾਨੂੰ ਇਹਦਾ ਕੋਈ ਮਤਲਬ ਨਹੀਂ ਹੈ ਕਿ ਤੂੰ ਸਾਨੂੰ ਗਰੀਬੀ 'ਚ ਰੱਖਦਾ, ਸਾਨੂੰ ਇਹਦੇ ਨਾਲ ਕੋਈ ਮਤਲਬ ਨਹੀਂ, ਸਾਨੂੰ ਤੂੰ ਅਮੀਰ, ਜਿੱਥੇ ਵੀ ਜਿਉਂ ਭਾਵ ਹੈ ਤੂੰ ਰੱਖ, ਤੂੰ ਜਿਵੇਂ ਤੈਨੂੰ ਭਾਉਂਦਾ ਤੂੰ ਰੱਖ, ਅਸੀਂ ਰਹਿਣ ਨੂੰ ਤਿਆਰ ਵਿੱਚ ਹਾਂ। ਸੋ ਸਮਾਂ ਜਿਹੜਾ ਉਸ ਸੰਪੂਰਨ ਹੁੰਦਾ ਹੈ, ਹੋਈਆਂ ਭੁੱਲਾਂ ਦੀ ਖਿਮਾ ਮੰਗਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਏ ਆਣੀ, ਹਮ ਬਾਰਕ ਹਰ ਪ੍ਰਭ ਕੇ ਹੈ ਏ ਆਣੀ।